ਮੋਹਿਤ ਜੀ, ਕਿਉਂਕਿ ਇਹ ਮਾਮਲਾ ਕਾਫੀ ਸੰਗੀਨ ਹੈ, ਕਿਉਂਕਿ ਜਿੱਦਾਂ ਤੁਸੀਂ ਵੀ ਇਨਵੈਸਟੀਗੇਟ ਕਰ ਰਹੇ ਹੋ, ਕਾਫੀ ਬੇਰਹਿਮੀ ਦੇ ਨਾਲ ਉਹਦਾ ਜਿਹੜਾ ਹੈਗਾ ਉਹਨੂੰ ਕੀਤਾ, ਮਲਟੀਪਲ ਇੰਜਰੀ ਹੈ, ਇਹ ਪੂਰਾ ਮਾਮਲਾ ਕੀ ਸੀ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਚੀਜ਼ ਆਈ? ਦੇਖੋ ਜੀ, ਇਹਦੇ 'ਚ ਜਿਹੜਾ ਹੈ, ਅੱਜ ਸਾਨੂੰ ਸੁਬਹਾ ਹੋਟਲ ਤੋਂ ਇਤਲਾਹ ਆਉਂਦੀ ਹੈ ਕਿ ਉਰੇ ਕਪਲ ਹੈ ਜੋ 2 ਦਿਨਾਂ ਤੋਂ ਇੱਥੇ ਰੁਕੇ ਹੋਏ ਸਨ, ਅਤੇ ਸੁਨੀਲ ਨਾਂ ਦੇ ਜਿਹੜਾ ਹੈਗਾ ਵਿਅਕਤੀ ਹੈ ਉਹਦੇ ਨਾਮ ਦੇ ਉੱਤੇ ਰੂਮ ਬੁੱਕ ਸੀਗਾ, ਉਹਦਾ ਡਾਕੂਮੈਂਟ ਦਿੱਤੇ ਹੋਏ ਸੀ ਉਹਨਾਂ ਨੇ ਉੱਥੇ, ਅਤੇ ਜਿਹੜੀ ਲੜਕੀ ਹੈ ਉੱਥੇ ਰੂਮ ਦੇ ਵਿੱਚ ਉਹਦੀ ਡੈਥ ਹੋਈ ਵੀ ਹੈ, ਅਤੇ ਇੱਥੇ 3 ਬੰਦੇ ਠਹਿਰੇ ਹੋਏ ਸੀਗੇ ਜਿਹਦੇ ਵਿੱਚੋਂ ਇੱਕ ਲੜਕਾ ਸੁਨੀਲ ਸੀਗਾ, ਇੱਕ ਲੜਕੀ ਸੁਨੀਤਾ ਅਤੇ ਉਹਨਾਂ ਦਾ ਇੱਕ ਬੱਚਾ ਸੀਗਾ 3-4 ਸਾਲ ਦਾ ਬੱਚਾ, ਜੋ ਇਹ 3 ਜਣੇ 2 ਦਿਨ ਤੋਂ ਰੁਕੇ ਹੋਏ ਸੀਗੇ। ਇਤਲਾਹ ਮਿਲਣ ਤੋਂ ਬਾਅਦ ਅਸੀਂ ਮੌਕੇ ਦੇ ਉੱਤੇ ਪਹੁੰਚ ਕੇ ਜਦੋਂ ਵੈਰੀਫਾਈ ਕੀਤਾ ਤਾਂ ਲੜਕੀ ਹੈ ਜਿਹੜੀ ਉਹਦੇ ਗਲ ਦੇ ਉੱਤੇ ਸ਼ਾਰਪ ਕੱਟ ਜਿਹਾ ਲੱਗ ਰਿਹਾ ਸੀਗਾ, ਅਤੇ ਉਹ ਬਾਕੀ ਅਸੀਂ ਉਹਦਾ ਫੋਰੈਂਸਿਕ ਐਨਾਲਿਸਿਸ ਅਤੇ ਪੋਸਟਮਾਰਟਮ ਕਰਵਾ ਰਹੇ ਹਾਂ, ਤਾਂ ਉੱਥੇ ਸਾਨੂੰ ਜਿਹੜਾ ਹੈਗਾ ਇੱਕ ਚਾਕੂ ਵੀ ਨਾਲ ਤੋਂ ਬਰਾਮਦ ਹੋਇਆ ਜੋ ਲੱਗ ਰਿਹਾ ਕਿ ਸ਼ਾਇਦ ਉਹਦਾ ਕੱਟ ਹੈਗਾ, ਬਾਕੀ ਮੈਟਰ ਆਫ ਇਨਵੈਸਟੀਗੇਸ਼ਨ ਹੈ। ਅਤੇ ਉਹ ਚੀਜ਼ ਜਿਹੜੀ ਹੈਗੀ ਅਸੀਂ ਬਰਾਮਦ ਕਰਦੇ ਹੋਏ ਇਨਵੈਸਟੀਗੇਸ਼ਨ ਸਟਾਰਟ ਕੀਤੀ। ਜਿਹੜਾ ਲੜਕਾ ਸੁਨੀਲ ਸੀਗਾ ਉਹ ਜਿਹੜਾ ਹੈਗਾ ਉੱਥੋਂ ਉੱਥੇ ਹਾਜ਼ਰ ਨਹੀਂ ਸੀਗਾ, ਉਹ ਰਾਤ ਦਾ ਉੱਥੋਂ ਭੱਜਿਆ ਹੋਇਆ ਸੀਗਾ, ਤਾਂ ਇਸ ਚੀਜ਼ ਦੇ ਵਿੱਚ ਇਹਨੂੰ ਕਵਰ ਕਰਨ ਦੇ ਲਈ ਅਸੀਂ ਜਿਹੜੀ ਹੈਗੀ ਆ ਆਪਣੀਆਂ ਰੇਡ ਸਟਾਰਟ ਕੀਤੀਆਂ। ਅਸੀਂ ਜੋ ਸਾਨੂੰ ਵੈਰੀਫਾਈ ਹੋਇਆ ਉਹ ਇਹ ਹੋਇਆ ਕਿ ਲੜਕੀ ਅਤੇ ਲੜਕਾ ਦੋਨੋਂ ਨਵਾਂ ਸ਼ਹਿਰ ਦੇ ਰਹਿਣ ਵਾਲੇ ਨੇ, ਜਿਹੜੀ ਲੜਕੀ ਹੈ ਉਹ ਸੁਲਤਾਨਪੁਰ ਪਿੰਡ ਅਤੇ ਥਾਣਾ ਜਿਹੜਾ ਹੈਗਾ ਰਾਹੋਂ ਕੋਲ ਦੀ ਜਿਹੜੀ ਹੈਗੀ ਹੈ ਉਹ ਉੱਥੋਂ ਦੀ ਹੈ, ਐਂਡ ਲੜਕਾ ਜਿਹੜਾ ਹੈਗਾ ਉਹ ਚਨੋਆ ਜਿਹੜਾ ਹੈਗਾ ਪਿੰਡ ਬਲਾਚੌਰ ਦੇ ਵਿੱਚ ਉੱਥੋਂ ਦਾ ਰਹਿਣ ਵਾਲਾ ਹੈ। ਤੋ ਲੜਕੀ ਜਿਹੜੀ ਸੀਗੀ ਇਹ ਸੁਨੀਤਾ, ਸ਼ੀ ਵਾਜ਼ ਮੈਰਿਡ ਐਟ ਕੀ ਨਾਮ ਹੈ ਚਨੋਆ ਪਿੰਡ ਦੇ ਵਿੱਚ ਹੀ ਕਈ ਸਾਲ ਪਹਿਲਾਂ, ਉੱਥੋਂ ਦਾ ਹੀ ਜਿਹੜਾ ਹੈਗਾ ਬਾਅਦ ਦੇ ਵਿੱਚ ਇਸ ਲੜਕੇ ਦੇ ਉੱਧਰ ਡਾਇਵੋਰਸ ਜਾਂ ਤਾਂ ਹੋ ਗਿਆ ਜਾਂ ਉਹਦਾ ਕੇਸ ਚੱਲ ਰਿਹਾ, ਅਤੇ ਇਸ ਲੜਕੇ ਦੇ ਸੰਪਰਕ ਦੇ ਵਿੱਚ ਆਉਂਦੀ ਹੈ, ਅਤੇ ਇਹਨਾਂ ਦੋਨਾਂ ਦੇ ਇਹ ਆਪਸ ਦੇ ਵਿੱਚ ਐਜ਼ ਅ ਪਾਰਟਨਰ ਰਹਿਣ ਲੱਗ ਜਾਂਦੇ ਨੇ, ਅਤੇ ਮੈਟਰ ਇਹਨਾਂ ਦਾ ਵਿਆਹ ਹੋ ਗਿਆ ਸੀਗਾ ਜਾਂ ਹਜੇ ਲਿਵਿੰਗ ਦੇ ਵਿੱਚ ਸੀਗੇ, ਦੈਟ ਇਜ਼ ਆਲਸੋ ਮੈਟਰ ਆਫ ਇਨਵੈਸਟੀਗੇਸ਼ਨ, ਅਤੇ ਉਹ ਕਲੀਅਰ ਨਹੀਂ ਹੈ ਹਜੇ। ਤੋ ਇਹ 4-5 ਸਾਲ ਤੋਂ ਇਕੱਠੇ ਰਹਿ ਰਹੇ ਸੀਗੇ, ਅਤੇ ਜਿਹਦੇ ਵਿੱਚ ਇਹਨਾਂ ਦਾ ਇੱਕ ਬੱਚਾ ਵੀ ਹੈਗਾ ਜੋ ਬੱਚੇ ਨੂੰ ਉਹ ਸੁਨੀਲ ਰਾਤ ਨੂੰ ਆਪਣੇ ਨਾਲ ਲੈ ਗਿਆ ਇੱਕ ਕੱਲ ਰਾਤ। ਘਟਨਾ ਜਿਹੜੀ ਇਹ ਰਾਤ ਦੀ ਹੈ ਸਰ? ਇਹ ਕੱਲ ਰਾਤ ਦੀ ਘਟਨਾ ਹੈ ਜੀ, ਅਤੇ ਅਰਾਊਂਡ 10 ਵਜੇ ਦੀ, 9-10 ਮਤਲਬ 10 ਤੋਂ 11 ਦੇ ਅਰਾਊਂਡ ਦਾ ਇਹ ਸਾਰਾ ਵਕੂਆ ਹੈਗਾ। ਉਸ ਟਾਈਮ ਇਹ ਸਾਰਾ ਇੰਸੀਡੈਂਟ ਹੁੰਦਾ, ਉਹਨੂੰ ਲੈ ਕੇ ਬੱਚੇ ਨੂੰ ਰਾਤ ਨੂੰ ਉਹ ਚਲਾ ਜਾਂਦਾ ਉੱਥੋਂ, ਅਤੇ ਸੁਬਹਾ ਹੋਟਲ ਵਾਲੇ ਡਿਸਕਵਰ ਕਰਦੇ ਨੇ ਕਿ ਰੂਮ ਦੇ ਵਿੱਚ ਉਹ ਲੜਕੀ ਜਿਹੜੀ ਹੈਗੀ ਹੈ ਉਹਦੀ ਡੈਡ ਬਾਡੀ ਹੈ। ਠੀਕ ਹੈ, ਅਤੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਆਇਆ? ਉਹਨੇ ਆਪਣੇ ਆਪ ਨੂੰ ਪੇਸ਼ ਕੀਤਾ ਗੜਸ਼ੰਕਰ, ਜਿਹੜੇ ਤੁਸੀਂ ਜਾਣਕਾਰੀ ਦਿੱਤੀ ਜੀ, ਉਹਦੇ ਵਿੱਚ ਇਹ ਹੋਇਆ ਜੀ ਕਿ ਅਸੀਂ ਜਦੋਂ ਰੇਡਸ ਕਰ ਰਹੇ ਸੀਗੇ ਤਾਂ ਸਾਨੂੰ ਗੜਸ਼ੰਕਰ ਤੋਂ ਜਿਹੜੀ ਹੈਗੀ ਇੱਕ ਇਨਫੋਰਮੇਸ਼ਨ ਆਉਂਦੀ ਹੈ ਪੁਲਿਸ ਸਟੇਸ਼ਨ ਤੋਂ ਕਿ ਉੱਥੇ ਉਹਨਾਂ ਦੀ ਚੌਂਕੀ ਦੇ ਵਿੱਚ ਇੱਕ ਬੰਦਾ ਹੈ ਜੋ ਆਪਣੇ ਆਪ ਨੂੰ ਕਲੇਮ ਕਰ ਰਿਹਾ ਵੀ ਅੱਜ ਜਿਹੜਾ ਉੱਥੇ ਕੋਈ ਮਰਡਰ ਹੋਇਆ ਮੋਹਾਲੀ, ਉਹਦੇ ਵਿੱਚ ਵੀ ਉਹ ਮੇਰੇ ਦੁਆਰਾ ਕੀਤਾ ਗਿਆ। ਉਸ ਚੀਜ਼ ਨੂੰ ਵੈਰੀਫਾਈ ਕਰਦੇ ਹੋਏ ਸਾਡੀ ਪੁਲਿਸ ਟੀਮ ਨੇ ਉੱਥੇ ਜਾ ਕੇ ਇਮੀਡੀਏਟਲੀ ਉਸ ਬੰਦੇ ਨੂੰ ਜਿਹੜਾ ਹੈਗਾ ਲਿਆ ਕੇ ਅਸੀਂ ਵੈਰੀਫਾਈ ਕਰ ਰਹੇ ਹਾਂ। ਉਹ ਸੁਨੀਲ ਹੀ ਹੈ ਜਿਹਦਾ ਮੈਂ ਤੁਹਾਨੂੰ ਦੱਸ ਰਿਹਾ, ਅਤੇ ਬੱਚਾ ਵੀ ਜੋ ਮੈਂ ਤੁਹਾਨੂੰ ਦੱਸ ਰਿਹਾ ਮਿਸਿੰਗ ਹੈ, ਉਸ ਬੱਚਾ ਅਤੇ ਸੁਨੀਲ ਦੋਨੋਂ ਉੱਥੇ ਹੀ ਸੀ। ਬੱਚਾ ਵੀ ਰਿਕਵਰ ਕਰ ਲਿਆ? ਹਾਂਜੀ। ਅਤੇ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਆਇਆ, ਰੀਜ਼ਨ ਕੀ ਆ, ਇੰਨਾ ਬੇਰਹਿਮੀ ਦੇ ਨਾਲ ਮਰਡਰ ਕਿਉਂ ਕੀਤਾ ਗਿਆ? ਇਹਦੇ ਵਿੱਚ ਜਿਹੜਾ ਹੈਗਾ ਜੀ ਉਹੀ ਜਿਹੜਾ ਹੈਗਾ ਆਪਣਾ ਪਾਰਟਨਰ ਤੋਂ ਬਾਹਰ ਦਾ ਜਿਹੜਾ ਸੰਬੰਧ ਹੈਗਾ ਉਹ ਹਜੇ ਉਹਨੇ ਸਾਈਟ ਕੀਤਾ, ਉਹ ਸੁਨੀਲ ਦਾ ਕਹਿਣਾ, ਬਟ ਦੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ। ਉਹਨੂੰ ਉਸ ਚੀਜ਼ ਦਾ ਸ਼ੱਕ ਸੀਗਾ ਕਿ ਉਹ ਕਿਤੇ ਸ਼ਾਇਦ ਹੋਰ ਇਨਵੋਲਵ ਹੈ, ਤਾਂ ਉਹ ਐਕਸਟਰਾ ਮੈਰੀਟਲ ਪੁਆਇੰਟ ਤੋਂ ਜਿਹੜਾ ਹੈਗਾ ਉਹਨਾਂ ਦਾ ਤਕਰਾਰ ਹੋਇਆ, ਅਤੇ ਜਿਹਦੇ ਵਿੱਚ ਇਹ ਸਾਰੀ ਚੀਜ਼ ਹੋਈ ਹੈ। ਅਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਆਇਆ ਕੋਈ ਥਰਡ ਇਨਵੋਲਵਮੈਂਟ ਤਾਂ ਨਹੀਂ ਇਹਦੇ ਵਿੱਚ ਹਜੇ ਤੱਕ ਇਨਵੈਸਟੀਗੇਸ਼ਨ? ਐਜ਼ ਆਫ ਨਾਓ ਹਜੇ ਕੋਈ ਗੱਲ ਨਹੀਂ ਹੈਗੀ ਜੀ, ਹਜੇ ਇਹ ਹਜੇ ਇਨਵੈਸਟੀਗੇਸ਼ਨ ਸਾਡੀ ਸਟਾਰਟ ਹੀ ਹੋਈ ਹੈ, ਜਿਹਦੇ ਵਿੱਚ ਇਹ ਕਾਫੀ ਚੀਜ਼ਾਂ ਕਲੀਅਰ ਹੋ ਗਈਆਂ ਨੇ, ਬਟ ਬਾਕੀ ਜੋ ਹੈ ਅਸੀਂ ਡਿਊਰਿੰਗ ਇਨਵੈਸਟੀਗੇਸ਼ਨ ਹੋਰ ਕਿਸੇ ਦੀ ਇਨਵੋਲਵਮੈਂਟ ਆਉਂਦੀ ਹੈ ਜਾਂ ਕੁਛ ਆਉਂਦਾ ਉਹ ਦੇਖਿਆ ਜਾਏਗਾ। ਤਾਂ ਬਿਲਕੁਲ ਜਿੱਦਾਂ ਸਰ ਨੇ ਜਾਣਕਾਰੀ ਦਿੱਤੀ, ਹਾਲਾਂਕਿ ਇਹ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕੀਤੀ ਜਾ ਰਹੀ, ਕਈ ਚੀਜ਼ਾਂ ਨੂੰ ਲੈ ਕੇ ਇਹਦੇ ਵਿੱਚ ਹੋਰ ਵੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਕਿ ਆਖਿਰ ਕਿਸੇ ਦੀ ਹੋਰ ਤਾਂ ਇਨਵੋਲਵਮੈਂਟ ਨਹੀਂ ਸੀਗੀ, ਇਹ ਸਾਰੀ ਚੀਜ਼ਾਂ ਨੂੰ ਲੈ ਕੇ। ਹਾਲਾਂਕਿ ਹੁਣ ਪੁਲਿਸ ਦੇ ਕੋਲ ਹੈ, ਸਾਰੀ ਪੁੱਛਗਿੱਛ ਕੀਤੀ ਜਾ ਰਹੀ ਹੈ, ਬੱਚਾ ਵੀ ਰਿਕਵਰ ਕਰ ਲਿਆ ਗਿਆ, ਲੇਕਿਨ ਬੜੀ ਬੇਰਹਿਮੀ ਦੇ ਨਾਲ ਮਰਡਰ ਕੀਤਾ ਗਿਆ। ਰੀਜ਼ਨ ਕੀ ਸੀ, ਕੋਈ ਉਹਨੂੰ ਸ਼ੱਕ ਸੀ ਜਾਂ ਕਿਸ ਤਰ੍ਹਾਂ ਦੀ ਚੀਜ਼ਾਂ ਸੀ ਜਾਂ ਕਿਸੇ ਹੋਰ ਦੀ ਇਨਵੋਲਵਮੈਂਟ ਹੈ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਇਨਵੈਸਟੀਗੇਸ਼ਨ ਕਰਦੀ ਨਜ਼ਰ ਆ ਰਹੀ ਹੈ।
ਮੋਹਾਲੀ ਤੋਂ ਕੈਮਰਾਮੈਨ ਸਨਪ੍ਰੀਤ ਸਿੰਘ ਨਾਲ ਮਨੋਜ ਰਾਠੀ ਨਿਊਜ਼ 18 ਪੰਜਾਬ। 2 ਮਿੰਟ ਕੋਲਾ ਹਾਂ ਨਾ ਨਾ ਰੋਲ ਜੀ। ਮੋਹਾਲੀ ਪੁਲਿਸ ਦੀ ਮਟੌਰ ਥਾਣਾ ਨੇ 3 ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਕਾਬੂ ਕੀਤਾ ਗਿਆ। ਹਾਲਾਂਕਿ ਲਗਾਤਾਰ ਮੁੱਖ ਮੰਤਰੀ ਪੰਜਾਬ ਵੱਲੋਂ DGP ਪੰਜਾਬ ਜ਼ਿਲ੍ਹੇ ਦੇ ਜਿੰਨੇ ਵੀ SSP ਨੇ ਉਹਨਾਂ ਨੂੰ ਸਖ਼ਤ ਹਦਾਇਤਾਂ ਵੀ ਦਿੱਤੀ ਔਰ ਲਗਾਤਾਰ ਕੋਆਰਡੀਨੇਸ਼ਨ ਕਰਕੇ ਕੰਮ ਕੀਤਾ ਜਾ ਰਿਹਾ। ਨਸ਼ਾ ਕਿਸ ਤਰ੍ਹਾਂ ਖਤਮ ਕਰਨਾ ਹੈ, ਕਿਸ ਤਰ੍ਹਾਂ ਵੱਡੇ ਮਗਰਮੱਛ ਨੂੰ ਕਾਬੂ ਕਰਨਾ, ਇਸ ਨੂੰ ਲੈ ਕੇ ਲਗਾਤਾਰ ਪੁਲਿਸ ਕੰਮ ਕਰ ਰਹੀ ਹੈ। ਸਾਡੇ ਨਾਲ ਸੀਨੀਅਰ ਆਫਿਸਰ ਨੇ। ਸਰ, ਜੇ ਆਪਾਂ ਗੱਲ ਕਰੀਏ, ਕਈ ਚੀਜ਼ਾਂ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਹਦਾਇਤਾਂ ਦਿੱਤੀ ਗਈ ਹੈ। ਲਗਾਤਾਰ ਤੁਹਾਡੀ ਮੀਟਿੰਗਸ ਦਾ ਦੌਰ ਜਾਰੀ ਹੈ। 2 ਦਿਨ ਪਹਿਲਾਂ ਵੀ ਮੁੱਖ ਮੰਤਰੀ ਪੰਜਾਬ ਵੱਲੋਂ ਮੀਟਿੰਗਸ ਕੀਤੀ ਗਈ ਔਰ ਖਾਸ ਤੌਰ 'ਤੇ ਜਿਹੜਾ ਨਸ਼ਾ ਜਾਂ ਨਸ਼ਾ ਤਸਕਰ ਨੇ ਜਾਂ ਫਿਰ ਕਿਸ ਤਰ੍ਹਾਂ ਨਸ਼ਾ ਪੰਜਾਬ ਤੋਂ ਅਸੀਂ ਕਰਨਾ, ਉਹਦੀ ਇਹਦੇ ਵਿੱਚ ਕਿਸ ਤਰ੍ਹਾਂ ਪੁਲਿਸ ਵੱਲੋਂ ਕੰਮ ਕੀਤਾ ਜਾ ਰਿਹਾ ਜਿਹੜੇ 3 ਨਸ਼ਾ ਤਸਕਰ? ਜਿਸ ਤਰ੍ਹਾਂ ਜਿਹੜੀਆਂ SSP ਸਾਹਿਬ ਦੀਆਂ DGP ਸਾਹਿਬ ਦੀਆਂ ਡਾਇਰੈਕਸ਼ਨ ਸਾਡੀਆਂ ਹੁੰਦੀਆਂ ਨੇ, ਉਹਦੇ ਤਹਿਤ ਅਸੀਂ ਰੈਗੂਲਰ ਨਸ਼ਿਆਂ ਦੇ ਖਿਲਾਫ਼ ਕਾਰਵਾਈ ਕਰ ਰਹੇ ਹੁੰਦੇ ਹਾਂ। ਅਤੇ ਇਸ ਵਾਰ ਜਿਹੜੀ ਹੈਗੀ ਹੈ, ਰੀਸੈਂਟਲੀ CM ਸਾਹਿਬ ਨੇ ਵੀ ਇਹਦੇ ਰਿਗਾਰਡਿੰਗ ਪ੍ਰੈਸ ਕਾਨਫਰੰਸ ਹੈਲਡ ਕਰਕੇ ਅਤੇ ਬਾਕੀ ਮੀਟਿੰਗ ਕੀਤੀ ਹੈ, ਜਿਹਦੇ ਵਿੱਚ ਕੀਤੀਆਂ ਨੇ ਕਿ ਪ੍ਰੋਪਰ ਕੋਆਰਡੀਨੇਸ਼ਨ ਦੇ ਨਾਲ ਪੁਲਿਸ ਦੇ ਵਿੱਚ ਪ੍ਰੋਪਰ ਜਿਹੜੀ ਹੈਲਪ ਦਿੱਤੀ ਜਾਊਗੀ ਅਤੇ ਪ੍ਰੋਪਰ ਇਸ ਚੀਜ਼ ਨੂੰ ਜਿਹੜੀ ਜੜ੍ਹ ਤੋਂ ਖੜਾ ਜਾਵੇ। ਉਹਦੇ ਤਹਿਤ ਕਾਰਵਾਈ ਕਰਦੇ ਹਾਂ। ਜਿਹੜੀ ਹੈਗੀ ਰਾਤ ਸਾਡੇ ਵੱਲੋਂ ਇੱਕ FIR ਲੌਂਚ ਕੀਤੀ ਗਈ ਸੀਗੀ, ਇਹਦੇ ਵਿੱਚ ਇਨਫੋਰਮੇਸ਼ਨ ਬੇਸਡ ਸੀਗਾ ਕਿ ਅਸੀਂ 70 ਸੈਕਟਰ ਦੇ ਵਿੱਚ ਆਪਣਾ ਜਿਹੜਾ ਹੈਗਾ ਇੱਕ ਇਨਫੋਰਮੇਸ਼ਨ ਸੀਗੀ ਕਿ I-20 ਕਾਰ ਦੇ ਵਿੱਚ ਜਿਹੜੇ ਹੈਗੇ ਨੇ ਕੁਛ ਨਸ਼ਾ ਤਸਕਰ ਨਸ਼ਾ ਵੇਚ ਰਹੇ ਨੇ, ਤਾਂ ਉਹਨੂੰ ਅਸੀਂ ਉਹਦੇ ਅਕੋਰਡਿੰਗਲੀ FIR ਲੌਂਚ ਕਰਕੇ 3 ਬੰਦੇ ਰਾਊਂਡ ਅਪ ਕੀਤੇ। ਉਹ ਰਾਊਂਡ ਅਪ ਕਰਨ ਤੋਂ ਬਾਅਦ ਸਾਨੂੰ ਉਹਨਾਂ ਦੇ ਪੋਜੈਸ਼ਨ ਦੇ ਵਿੱਚੋਂ 50 grams ਆਫ ਜਿਹੜੀ ਹੈ ਹੀਰੋਇਨ ਉਹ ਬਰਾਮਦ ਹੋਈ ਹੈ। ਉਹ ਬਰਾਮਦਗੀ ਜਿਹੜੀ ਹੈਗੀ ਹੈ ਉਹਦੇ ਤਹਿਤ 3 ਅਕਿਊਜ਼ਡ ਅਸੀਂ ਫੜੇ ਨੇ, ਜਿਹੜੇ ਹੈਗੇ ਨੇ ਇੱਕ ਤਾਂ ਮਨਪ੍ਰੀਤ ਹੈ ਜੋ ਫਿਰੋਜ਼ਪੁਰ ਤੋਂ ਬਿਲੋਂਗ ਕਰਦਾ, ਵਿਕਾਸ ਅਬੋਹਰ ਤੋਂ ਹੈ, ਐਂਡ ਲਵਜਿੰਦਰ ਹੈਗਾ ਜੋ ਗੰਗਾਨਗਰ ਦਾ ਰਹਿਣ ਵਾਲਾ ਹੈ। ਇਹ 3 ਅਕਿਊਜ਼ ਸੀਗੇ ਜਿਹੜੇ ਇਹ ਨਸ਼ਾ ਇੱਥੇ ਕੈਰੀ ਕਰ ਰਹੇ ਸੀਗੇ ਜੀ। ਤਾਂ ਇਨੀਸ਼ੀਅਲੀ ਇਨਵੈਸਟੀਗੇਸ਼ਨ 'ਚ ਪਤਾ ਲੱਗ ਪਾਇਆ ਕਿੱਥੋਂ ਲੈ ਕੇ ਆਉਂਦੇ ਸੀ ਕਿ ਕਿੰਨੇ ਦਿਨਾਂ ਤੋਂ ਇੱਥੇ ਆਪਣੇ ਟ੍ਰਾਈਸਿਟੀ ਦੇ ਵਿੱਚ ਐਕਟਿਵ? ਇਹਦੇ ਰਿਗਾਰਡਿੰਗ ਅਸੀਂ ਪੁਲਿਸ ਰਿਮਾਂਡ ਲੈ ਕੇ ਸਾਰਾ ਇਹਦੇ 'ਤੇ ਵੈਰੀਫਾਈ ਕਰਨਾ ਹੈ ਜੀ, ਇਹਦਾ ਕਿ ਕਿੱਥੋਂ ਇਹਨਾਂ ਦਾ ਨੈਟਵਰਕ ਕੀ ਸੀਗਾ, ਬੈਕਵਰਡ ਦੇ ਵਿੱਚ ਕੀ ਕੁਛ ਸੀਗਾ, ਕਿੱਥੋਂ ਲੈ ਕੇ ਆਉਂਦੇ ਨੇ ਅਤੇ ਅੱਗੇ ਕਿੱਥੇ ਸਪਲਾਈ ਕਰਦੇ ਨੇ, ਉਹ ਸਾਰਾ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ। ਠੀਕ ਹੈ, ਹੋਰ ਵੀ ਕੋਈ ਪੂਰਾ ਨੈਕਸਸ ਚੱਲ ਰਿਹਾ ਜਾਂ ਫਿਰ ਇਹ 3 ਹੀ ਜਿਹੜੇ ਹੈਗੇ ਉਹ ਕਰਦੇ? ਐਜ਼ ਆਫ ਨਾਓ ਇਹਨਾਂ 3 ਦਾ ਹੀ ਪਤਾ ਲੱਗਿਆ। ਇਹਦੇ ਵਿੱਚ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਵਿਕਾਸ ਦੇ ਉੱਤੇ ਇੱਕ ਪਹਿਲਾਂ ਹੀ 2022 ਦੇ ਵਿੱਚ ਸਦਰ ਖਰੜ ਪੁਲਿਸ ਸਟੇਸ਼ਨ ਦੇ ਵਿੱਚ ਇੱਕ FIR ਲੌਜ ਹੈ, 2 NDPS ਦੀ।